ਅਸਲਾਮ ਅਲੈਕੁਮ ਜੀ, ਸਤਿ ਸ਼੍ਰੀ ਅਕਾਲ। ਤੁਹਾਡਾ ਵੀਰ ਤੁਹਾਡੇ ਨਾਲ ਐਸ ਅਹਿਮਦ ਨਬੀਪੁਰੀ ਆ ਜੀ, ਅਤੇ ਇਹ ਪਿੰਡ ਹੈਗਾ ਜੀ 5112L ਚੀਚਾ ਵਤਨੀ ਕੱਸੋਵਾਲ, ਚੀਚਾ ਵਤਨੀ ਓਲਡ ਮੰਡਗੁਮਰੀ ਡਿਸਟ੍ਰਿਕਟ। ਅਤੇ ਇਹ ਪਿੰਡ ਹੈ ਜੀ 5112L, ਜਤਿੰਦਰ ਭਾਰ ਰੰਧਾਵੇ ਵੀਰ ਦੇ ਬਜ਼ੁਰਗਾਂ ਦਾ ਪਿੰਡ ਹੈ ਜੀ। ਅਤੇ ਇੱਥੇ ਗੁਰਦੁਆਰਾ ਹੁੰਦਾ ਸੀ, ਇਹ ਹੁਣ ਮਸਜਿਦ ਬਣੀ, ਮੇਨ ਗੁਰਦੁਆਰਾ ਇੱਥੇ ਸੀ। ਇਹ ਦੇਖ ਲਓ ਜੀ, ਤਾਇਆ ਜੀ ਬਲਬੀਰ ਸਿੰਘ ਜਿਹੜੇ ਨੇ ਉਹਨਾਂ ਨੇ ਗੱਲ ਕੀਤੀ ਸੀ ਮੇਰੇ ਨਾਲ, ਅਤੇ ਉਹਨਾਂ ਨੇ ਦੱਸਿਆ ਸੀ, ਲਓ ਜੀ ਤਾਇਆ ਜੀ ਦੇਖ ਲਓ ਆਪਣੇ ਪਿੰਡ ਦਾ ਗੁਰਦੁਆਰੇ ਵਾਲੀ ਜਗ੍ਹਾ। ਇਹ ਵੀਡੀਓ ਬਣ ਰਹੀ ਜੀ ਤੁਹਾਡੇ ਪਿੰਡ ਦੀ। ਸਲਾਮ ਅਲੈਕੁਮ। ਆਹ ਮੇਨ ਚੌਂਕ ਹੈ ਜੀ 5112L ਦਾ। ਲਓ ਜੀ ਤਾਇਆ ਜੀ ਆਪਣਾ ਘਰ ਆਪੇ ਲੱਭੋ ਹੁਣ। ਇੱਕ ਬਿਲਡਿੰਗ ਜੀ ਪੁਰਾਣੀ ਖੜ੍ਹੀ ਹੈ, ਬਾਕੀ ਕੋਈ ਬਿਲਡਿੰਗ ਨਹੀਂ ਜੀ ਪੁਰਾਣੀ ਰਹਿ ਗਈ ਪਿੰਡ ਦੇ ਵਿੱਚ। ਪਿੰਡ 5112L ਕੱਸੋਵਾਲ ਚੀਚਾ ਵਤਨੀ। ਗੌਰਮੈਂਟ ਐਲੀਮੈਂਟਰੀ ਸਕੂਲ 5112L ਜੀ, ਆਹ ਸਕੂਲ ਹੈ ਜੀ।
50 ਨੂੰ? ਹਾਂ ਜੀ, 50 12 ਮੀਲ ਨੂੰ ਜਾ ਰਹੀ ਜੀ ਇਧਰੋਂ ਸੜਕ। ਹਾਂ ਸਾਰਾ ਹੀ ਯਾਦ ਹੋਣਾ ਬੰਦੇ ਤੇਰੇ ਨੂੰ, ਇਹ 55 ਚ 50 ਦੀ ਜ਼ਮੀਨ। ਹਾਂ ਜੀ, ਆ 50 ਦੇ 51 ਦੀ ਨਹੀਂ ਹੈ, 50 ਦੀ। ਚਲੋ ਜੀ, ਆ 50 ਆ ਗਿਆ ਜੀ, 50 12 ਹੈ। ਕਸੋਵਾਲ ਚੀਚਾ ਵਤਨੀ ਮੰਡਗੁਮਰੀ ਡਿਸਟ੍ਰਿਕਟ ਪੁਰਾਣਾ, ਹੁਣ ਇਹਦਾ ਨਾਂ ਸਾਹੀਵਾਲ ਹੈ। ਪਿੰਡ ਜੀ 50 12 ਐਲ ਕਸੋਵਾਲ ਚੀਚਾ ਵਤਨੀ। ਹੈਗਾ ਜੀ 50 12 ਐਲ।